ਇੰਨਾ ਖੌਫ ਹੋਵੇ ਕਿ ਸਭ ਰੁਕ ਜਾਵੇ। ਜੀ ਹਾਂ, ਇਹ ਉਸ ਮਾਂ ਦੇ ਬੋਲ ਨੇ ਜਿਸ ਦੇ ਪੁੱਤ ਨੇ ਪੂਰੀ ਦੁਨੀਆ ਜਿੱਤ ਲਈ ਹੈ। ਜੀ ਹਾਂ, ਤੇ ਗੱਲ ਹੋ ਰਹੀ ਹੈ ਸਿੱਧੂ ਮੂਸੇਵਾਲੇ ਦੀ, ਜਿਸ ਨੂੰ ਲੈ ਕੇ ਮਾਤਾ ਚਰਨ ਕੌਰ ਜੀ ਅਕਸਰ ਭਾਵੁਕ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ। ਤਾਂ ਹਾਲ ਹੀ ਦੇ ਵਿੱਚ ਮਾਤਾ ਚਰਨ ਕੌਰ ਜੀ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਆਪਣੇ ਪੁੱਤ ਸਿੱਧੂ ਮੂਸੇਵਾਲੇ ਨੂੰ ਯਾਦ ਕਰਦਿਆਂ ਮਾਤਾ ਚਰਨ ਕੌਰ ਜੀ ਅੱਗੇ ਲਿਖਦੇ ਹਨ, ਉਸ ਨੂੰ ਰੱਬ ਨਹੀਂ ਤੇ ਹੋਰ ਕੀ ਕਹੋਗੇ, ਪ੍ਰਾਊਡ ਆਫ ਯੂ ਪੁੱਤਰ, ਇਹ ਹੈ ਤੇਰੀ ਕਮਾਈ ਤੇ ਸਾਡਾ ਮਾਣ, ਯੂ ਵਿਲ ਆਲਵੇਸ ਬੀ ਅ ਕਿੰਗ। ਦੱਸਦੇ ਨੇ ਆ ਕਿ ਮਾਤਾ ਚਰਨ ਕੌਰ ਜੀ ਆਪਣੇ ਪੁੱਤ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਹੇ ਨੇ ਅਤੇ ਉਹਨਾਂ ਦੇ ਇਨਸਾਫ ਦੇ ਲਈ ਲਗਾਤਾਰ ਮੰਗ ਵੀ ਰੱਖ ਰਹੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਮਾਤਾ ਚਰਨ ਕੌਰ ਜੀ ਵੱਲੋਂ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹ ਆਪਣੇ ਪੁੱਤ ਸਿੱਧੂ ਮੂਸੇਵਾਲੇ ਤੇ ਮਾਣ ਮਹਿਸੂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਜੀ ਹਾਂ, ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ ਤੁਹਾਡੀ ਮੌਜੂਦਗੀ ਨਾ ਹੋਣ ਤੇ ਵੀ ਦੇਖੋ ਤੁਹਾਡਾ ਕਿੰਨਾ ਖੌਫ ਹੈ ਕਿ ਸਭ ਰੁਕ ਜਾਂਦਾ ਹੈ, ਤੁਹਾਨੂੰ ਰੱਬ ਨਹੀਂ ਕਹਾਂਗੇ ਤਾਂ ਹੋਰ ਕੀ ਖਾਵਾਂਗੇ। ਅੱਗੇ ਮਾਤਾ ਚਰਨ ਕੌਰ ਜੀ ਆਪਣੇ ਪੁੱਤ ਤੇ ਮਾਣ ਕਰਦੇ ਨੇ, ਤਾਂ ਦੱਸ ਦੇ ਕਿ ਉਹਨਾਂ ਨੂੰ ਆਪਣੇ ਪੁੱਤ ਸਿੱਧੂ ਮੂਸੇਵਾਲੇ ਤੇ ਹਮੇਸ਼ਾ ਮਾਣ ਸੀ, ਹੈ ਤੇ ਰਹੇਗਾ। ਆਪਣੇ ਪੁੱਤ ਨੂੰ ਮਾਤਾ ਚਰਨ ਕੌਰ ਜੀ ਰਾਜਾ ਸਮਝਦੇ ਨੇ। ਜੀ ਹਾਂ, ਸਿੱਧੂ ਮੂਸੇਵਾਲਾ ਸਭ ਦੇ ਦਿਲਾਂ ਤੇ ਰਾਜ ਕਰਦੇ ਨੇ ਤੇ ਸਭ ਦੇ ਲਈ ਇੱਕ ਰਾਜਾ ਹੀ ਨੇ। ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਚਾਹੁਣ ਵਾਲੇ ਜਿਹੜੇ ਉਹਨਾਂ ਦੇ ਫੈਨਸ ਨੇ ਅਕਸਰ ਹੀ ਸਿੱਧੂ ਮੂਸੇਵਾਲੇ ਨੂੰ ਟ੍ਰਿਬਿਊਟ ਦਿੰਦੇ ਰਹਿੰਦੇ ਨੇ। ਤਾਂ ਹਾਲ ਹੀ ਦੇ ਵਿੱਚ ਮਾਤਾ ਚਰਨ ਕੌਰ ਜੀ ਆਪਣੇ ਪੁੱਤ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਇੱਕ ਪਿਆਰੀ ਜੀ ਪੋਸਟ ਸਾਂਝੀ ਕਰਦੇ ਨੇ, ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਤੇ ਮਾਣ ਮਹਿਸੂਸ ਕਰਦੇ ਹੋਏ ਦਿਖਾਈ ਦੇ ਰਹੇ ਨੇ। ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲੇ ਨੂੰ ਗਿਆ 2 ਸਾਲ ਹੋ ਚੁੱਕੇ ਹਨ। 2022 ਦੇ ਵਿੱਚ ਸਿੱਧੂ ਮੂਸੇ ਦਿੱਤਾ ਜਾਂਦਾ ਹੈ ਤੇ ਇਸ ਦੁਨੀਆ ਮੂਸੇਵਾਲਾ ਹਮੇਸ਼ਾ ਦੇ ਲਈ ਅਲਵਿਦਾ ਆਖ ਜਾਂਦੇ ਨੇ, ਪਰ ਸਿੱਧੂ ਮੂਸੇਵਾਲਾ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਜ਼ਿੰਦਾ ਨੇ। ਉਹਨਾਂ ਦੇ ਫੈਨਸ ਆਪਣੇ ਦਿਲਾਂ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਜਿਉਂਦਾ ਰੱਖਦੇ ਹਨ ਅਤੇ ਮਾਤਾ ਚਰਨ ਕੌਰ ਜੀ ਅਤੇ ਪਿਤਾ ਬਲਕੌਰ ਸਿੰਘ ਜੀ ਵੱਲੋਂ ਵੀ ਲਗਾਤਾਰ ਆਪਣੇ ਪੁੱਤ ਨੂੰ ਜਿਉਂਦਾ ਰੱਖਣ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਉਹ ਸਾਫ ਦੇਖਣ ਨੂੰ ਮਿਲਦੀ ਹੈ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸਰ ਹੀ ਮਾਤਾ ਚਰਨ ਕੌਰ ਜੀ ਅਤੇ ਪਿਤਾ ਬਲਕੌਰ ਸਿੰਘ ਜੀ ਵੱਲੋਂ ਸਿੱਧੂ ਮੂਸੇਵਾਲੇ ਨਾਲ ਜੁੜੀਆਂ ਕੁਝ ਯਾਦਾਂ ਅਕਸਰ ਹੀ ਉਹਨਾਂ ਦੇ ਫੈਨਸ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਉਹਨਾਂ ਦੇ ਇਨਸਾਫ ਦੀ ਮੰਗ ਵੀ ਰੱਖਦੇ ਹੋਏ ਦਿਖਾਈ ਦਿੰਦੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ, ਪਰ ਅੱਜ ਵੀ ਲੋਕਾਂ ਦੇ ਦਿਲਾਂ ਤੇ ਉਹ ਰਾਜ ਕਰ ਰਹੇ ਹਨ, ਤਾਂ ਉਹ ਸਭ ਦੇ ਲਈ ਇੱਕ ਰਾਜਾ ਨੇ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਬਰਸੀ ਸੀ ਤੇ ਉਹਨਾਂ ਦਾ ਜਨਮ ਦਿਨ ਵੀ ਸੀ ਅਤੇ ਇਸ ਮੌਕੇ ਸਿੱਧੂ ਮੂਸੇਵਾਲੇ ਦੇ ਫੈਨਸ ਵੱਲੋਂ ਉਹਨਾਂ ਨੂੰ ਯਾਦ ਕੀਤੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ ਸੀ। ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਨਿੱਕੇ ਭਰਾ ਨਿੱਕੇ ਸਿੱਧੂ ਨੇ ਵੀ ਦੁਨੀਆ ਦੇ ਵਿੱਚ ਆ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਕਿਤੇ ਨਹੀਂ ਗਿਆ, ਸਾਡੇ ਵਿਚਕਾਰ ਹੀ ਨੇ। ਤਾਂ ਮਾਤਾ ਚਰਨ ਕੌਰ ਜੀ ਨੂੰ ਮੁੜ ਤੋਂ ਪੁੱਤ ਦੀ ਦਾਤ ਮਿਲੀ ਹੈ ਅਤੇ ਵਾਹਿਗੁਰੂ ਜੀ ਨੇ ਮੁੜ ਤੋਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਵਿੱਚ ਦੁਆਰਾ ਖੁਸ਼ੀਆਂ ਲਿਆ ਦਿੱਤੀਆਂ ਨੇ। ਜੀ ਹਾਂ, ਸਿੱਧੂ ਮੂਸੇਵਾਲਾ ਅੱਜ ਮੁੜ ਤੋਂ ਸਾਡੇ ਵਿਚਕਾਰ ਮੌਜੂਦ ਹੈ, ਪਰ ਮਾਤਾ ਚਰਨ ਕੌਰ ਜੀ ਅਕਸਰ ਆਪਣੇ ਵੱਡੇ ਪੁੱਤ ਸਿੱਧੂ ਮੂਸੇਵਾਲੇ ਨੂੰ ਯਾਦ ਕਰਦਿਆਂ ਭਾਵੁਕ ਪੋਸਟਾਂ ਸਾਂਝੀਆਂ। ਕਿਸੇ ਦਾ ਮੌਜੂਦ ਨਾ ਹੋਣ ਤੋਂ ਬਾਅਦ ਵੀ ਜਦੋਂ